ਸਾਡੇ ਵਿਆਹ ਨੂੰ 11 ਸਾਲ ਹੋ ਚੁੱਕੇ ਸੀ ਤੇ ਸਾਡੇ ਕੋਲ ਬੱਚਾ ਨਹੀਂ ਸੀ ਅਸੀਂ ਕਾਫੀ ਜਗ੍ਹਾ ਤੋਂ ਟ੍ਰੀਟਮੈਂਟ ਕਰਵਾਇਆ ਪਰ ਨਹੀਂ ਹੋਇਆ ਤੇ ਸਾਨੂੰ ਸਮਾਣਾ ਟੈਸਟ ਟਿਊਬ ਸੈਂਟਰ ਬਾਰੇ ਦੱਸਿਆ ਅਰੁਣਾ ਟੈਸਟ ਟਿਊਬ ਸੈਂਟਰ ਬਾਰੇ ਦੱਸਿਆ ਤੇ ਅਸੀਂ ਆਪਣਾ ਟ੍ਰੀਟਮੈਂਟ ਇੱਥੋਂ ਸ਼ੁਰੂ ਕਰਵਾਇਆ ਡਾਕਟਰ ਅਮਿਤਾ ਅਰੋੜਾ ਤੋਂ ਤੇ ਉਹਨਾਂ ਨੇ ਸਾਡਾ ਸਾਰਾ ਟ੍ਰੀਟਮੈਂਟ ਕੀਤਾ ਸਾਡੇ ਟੈਸਟ ਵਗੈਰਾ ਕੀਤੇ ਤੇ ਅਸੀਂ ਸਮਾਣਾ ਤੋਂ IVF ਕਰਵਾਇਆ ਜੋ ਕਿ ਜਿਸ ਨਾਲ ਕਿ ਸਾਨੂੰ ਇੱਕ ਬੇਟੀ ਦੀ ਪ੍ਰਾਪਤੀ ਹੋਈ ਹੈ ਤੇ ਅਸੀਂ ਬਹੁਤ ਖੁਸ਼ ਹਾਂ ਅੱਜ ਅਸੀਂ ਘਰ ਜਾ ਰਹੇ ਹਾਂ ਅਸੀਂ ਅਮਿਤਾ ਮੈਡਮ ਦਾ ਤੇ ਅਰੋੜਾ IVF ਸੈਂਟਰ ਦਾ ਤੇ ਸਾਰੇ ਸਟਾਫ ਦਾ ਥੈਂਕਫੁਲ ਕਰਦੇ ਹਾਂ ਧੰਨਵਾਦ।